ਕੀ ਨਾਮ ਹੈ ਜਿਹੜਾ? ਕੁਲਵਿੰਦਰ ਪਾਲ ਜੀ। ਕੁਲਵਿੰਦਰ ਜੀ ਕਿੱਥੇ ਰਹਿੰਦੇ ਹੋ? ਸਾਡੇ ਸਰ ਕਰਮ ਦੇ ਕੰਪਿਊਟਰ ਸੈਂਟਰ ਹੈ ਜੀ। ਕਿੰਨਾ ਕੁ ਪਾਣੀ ਖੜਾ ਤੁਹਾਡੇ ਇੱਥੇ? ਸਰ ਇੱਥੇ ਗੋਡਨ ਦੇ ਉੱਪਰ ਪਾਣੀ ਹੈ ਜੀ, ਬਹੁਤ ਜ਼ਿਆਦਾ ਗੰਦ ਸੀ ਅਤੇ ਯੋਗੀ ਵੀਰ ਜੀ ਦੇ ਕਰਕੇ ਪਾਣੀ ਦਾ ਥੋੜ੍ਹਾ ਵਿਕਾਸ ਹੋਇਆ। ਅੱਜ ਛੁੱਟੀ ਦੇ ਦਿਨ ਵੀ ਜਿੰਨੀ ਕਿ ਸਾਰੀ ਇਹਨਾਂ ਨੇ ਟੀਮ ਥੋੜ੍ਹੀ ਬੁਲਾਈ ਸਫਾਈ ਕਰਮਚਾਰੀ ਨੇ ਕਰਕੇ, ਜੋ ਦਿਨ ਤਾਂ ਇਹ ਪਾਣੀ ਨਿਕਲ ਹਰ ਵਾਰੀ ਪਾਣੀ ਖੜਦਾ ਉਰੇ ਹਰ ਵਾਰ। ਸਰ ਹੁਣ ਅੱਗੇ ਨਾ ਫਰਕ ਪੈਣ ਲੱਗ ਗਿਆ, ਜਿੰਨੇ ਜਲਦੀ ਜਲਦੀ ਸਫਾਈ ਵਿਧੀ ਸ਼ੁਰੂ ਕਰਵਾਈ ਹੋਈ ਹੈ। ਲੋਕ ਗੰਦ ਬਹੁਤ ਗੇਰਦੇ ਹੈ, ਚਕਾਰ ਫੇਰਦੇ ਵੀ ਲੱਗੇ ਹੋਏ ਹੈ, ਯੋਗੀ ਵੀਰ ਜੀ ਆਪ ਲੱਗੇ ਹੋਏ ਹੈ ਜੀ। ਤੁਹਾਨੂੰ ਲੱਗਦਾ ਕਿਵੇਂ ਜਿਵੇਂ ਤੁਸੀਂ ਉਰੇ ਮਲੋਸੀ ਨੇ ਡਿਪਟੀ ਮੇਅਰ ਤੁਹਾਡੇ ਤੁਹਾਡੇ ਲੱਗੇ ਹੋਏ ਨੇ, ਪਰ ਜੇ ਹੋਰ ਵਾਰਡਾਂ ਦੀ ਗੱਲ ਕੀਤੀ ਜਾਵੇ, ਮੇਅਰ ਸਾਹਿਬ ਦੇ ਵਾਰਡ ਦੀ, ਮੇਅਰ ਸਾਹਿਬ ਦਾ ਵਾਰਡ ਦੀ ਗੱਲ ਕਰੀਏ, ਹੋਰ ਕਿਤੇ ਦੀ ਕਰੀਏ, ਹਰੇਕ ਇੱਥੇ ਜਿਹੜਾ ਹੈਗਾ ਪਾਣੀ ਫੁੱਲੋ ਫੁੱਲ ਭਰਿਆ ਹੋਇਆ, ਪਰ ਉੱਥੇ ਕੋਈ ਸਾਫ਼ ਸਫਾਈ ਵਾਲਾ ਕੋਈ ਨਹੀਂ ਹੈਗਾ, ਨਾ ਉੱਥੇ ਕੋਈ ਕਰਮਚਾਰੀ ਹੈ। ਆਪਣੇ ਵਾਰਡ ਬਾਰੇ ਪੈਂਦਰ ਸਫਾਈ ਹੋਈ ਹੈ ਜੀ। ਹਾਂਜੀ ਮੇਅਰ ਸਾਹਿਬ, ਦੱਸੋ ਜਿਹੜਾ ਪਾਣੀ ਖੜਾ ਪੂਰੇ ਦੇਸ਼ ਭਰ ਵਿੱਚ, ਕਿਹਦੀ ਬੰਦੋਬਸਤ ਕੀਤੇ ਕਰ ਰਹੇ ਸਰਕਾਰ ਵੱਲੋਂ, ਮਤਲਬ ਕਿੱਦਾਂ ਦਾ? ਦੇਖੋ ਪਾਣੀ ਖੜਾ ਅੱਜ ਬਕਰਾਈਦ ਦੀ ਛੁੱਟੀ ਅਨਾਊਂਸ ਹੋਈ ਸੀ ਪੰਜਾਬ ਸਰਕਾਰ ਦੀ, ਕੱਲ੍ਹ ਰਾਤ ਨੂੰ ਛੁੱਟੀ ਅਨਾਊਂਸ ਹੋਣ ਦੇ ਬਾਵਜੂਦ ਸਵੇਰੇ ਜਿਸ ਟਾਈਮ ਬਾਰਿਸ਼ ਸ਼ੁਰੂ ਹੋਈ ਹੈ, ਮੈਂ ਸਾਡੇ ਜਰੋਗਾ ਜੀ ਨਾਲ ਖੜੇ ਹਾਂ, ਦੂਜੇ ਕਿਸੇ ਨਾਲ ਵੀ ਦੇਖੇ ਹਾਂ, ਉਹਨਾਂ ਨੂੰ ਟੈਲੀਫੋਨ ਕੀਤਾ ਕਿ ਤੁਸੀਂ ਦੇਖ ਸਕਦੇ ਹੋ ਕਿ 25 ਤੋਂ 30 ਬੰਦੇ ਲਗਾ ਕੇ ਨਾਲ ਦੀ ਨਾਲ ਪਾਣੀ ਦੀ ਨਿਕਾਸੀ ਦੇ ਅਸੀਂ ਪ੍ਰਬੰਧ ਸ਼ੁਰੂ ਕਰਤੇ। ਸਮੱਸਿਆ ਕੀ ਆ ਰਹੀ ਸੀਗੀ, ਇੱਥੇ ਨਾ ਦਰੀ ਵਿਛ ਗਈ ਆ ਕੇ ਅੱਗੇ, ਸਾਰਾ ਉਹੀ ਪਾਣੀ ਦੀਆਂ ਬੋਤਲਾਂ ਜਾਂ ਜਿਹੜਾ ਪਲਾਸਟਿਕ ਹੈ ਔਰ ਥਰਮੋਕੂਲ ਹੈ, ਇਹਨਾਂ ਚੀਜ਼ਾਂ ਨੇ ਆ ਕੇ ਸਾਰਾ ਇੱਥੇ ਪਾਣੀ ਚੋਕ ਕਰਤਾ। ਬੜੀ ਮਿਹਨਤ ਮੁਸ਼ਕਤ ਦੇ ਨਾਲ ਪੰਜੀਆਂ ਅਡਾੜ ਆ ਕੇ ਅਸੀਂ ਉਹਨੂੰ ਕੱਢ ਕੇ ਸਾਰਾ, ਅਤੇ ਤਾਂ ਉਹ ਕੀਤਾ। ਮੈਂ ਤੁਹਾਡੇ ਮੀਡੀਆ ਦੇ ਰਾਹੀਂ ਸਾਰੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਾ, ਪਹਿਲੇ ਹੀ ਬੜੀ ਵਾਰੀ ਕਰ ਚੁੱਕਿਆ, ਕਿ ਇੱਕ ਤਾਂ ਜਿਹੜੇ ਡੈਰੀ ਵਾਲੇ ਹੈ ਇਹਨਾਂ ਨੂੰ ਭਰਾਵਾਂ ਨੂੰ ਕਿ ਤੁਸੀਂ ਨਾਲੀਆਂ ਦੇ ਵਿੱਚ ਗੋਹਾ ਨਾ ਰੋੜੋ, ਤੁਹਾਡੀਆਂ ਨਾਲੀਆਂ ਦੇ ਰਾਹੀਂ ਨਾਲੇ ਦੇ ਵਿੱਚ ਆ ਕੇ ਗੋਹਾ ਸਿਲਟ ਬਣ ਕੇ ਇੱਥੇ ਜੰਮ ਜਾਂਦਾ, ਜਿਹਦੇ ਨਾਲ ਪਾਣੀ ਦੇ ਕੇ ਨਿਕਾਸੀ ਨਹੀਂ ਹੋ ਪਾਉਂਦੀ। ਦੂਸਰਾ, ਜਿਹੜੇ ਲੋਕ ਆਪਣਾ ਡਿਸਪੋਜ਼ਲ ਘਰ ਦਾ ਗੇੜਦੇ ਹੈ, ਜਿਹਦੇ 'ਚ ਕੋਈ ਕਿਸੇ ਬੱਚੇ ਦਾ ਜਨਮ ਦਿਨ ਹੈ, ਥਰਮੋਕੂਲ ਦੀਆਂ ਪਲੇਟਾਂ ਉਹ ਚੱਕ ਕੇ ਬਾਹਰ ਗੇੜਦੀਆਂ, ਉਹਨਾਂ ਚੀਜ਼ਾਂ ਨੂੰ ਪਲੀਜ਼ ਤੁਸੀਂ ਨਾ ਕਰੋ, ਇੱਥੇ ਬੜੀ ਵੱਡੀ ਸਾਡੇ ਲਈ ਮੁਸੀਬਤ ਬਣਦੀ ਹੈ। ਕੋਈ ਨਿਕਾਸੀ ਕੁਝ ਸਪੈਸ਼ਲ ਕਰ ਰਹੇ ਹੋ ਜਿਵੇਂ ਪਟਿਆਲੇ ਵਿੱਚ ਜਿਹੜਾ ਹੈਗਾ ਪਾਣੀ ਨਾਲ ਜਲ ਥਲ ਹੋਇਆ ਪਿਆ? ਅਸੀਂ ਕਿ ਇੱਥੇ ਨਵੀਂ ਸਟਰੋਮ ਵਾਟਰ ਲਾਈਨ ਪਾਉਂਦੇ ਹਾਂ। ਪਟਿਆਲਾ 255 ਸਾਲ ਪੁਰਾਣਾ ਸ਼ਹਿਰ ਹੈ, 600 ਕਿਲੋਮੀਟਰ ਦੇ ਕਰੀਬ ਇੱਥੇ ਸੜਕਾਂ ਸਾਡੇ ਕੋਲ, ਲੇਕਿਨ ਇੱਕ ਬਦਕਿਸਮਤੀ ਰਹੀ ਕਿ ਇੰਨਾ ਪੁਰਾਣਾ ਸ਼ਹਿਰ ਹੋਣ ਦੇ ਬਾਵਜੂਦ ਇੱਥੇ ਸ਼ੁਰੂ ਤੋਂ ਕਦੇ ਸਟਰੋਮ ਲਾਈਨ ਨਹੀਂ ਪਈ, ਉਹਦੇ ਅਸੀਂ ਹੁਣ ਪ੍ਰਬੰਧ ਕਰ ਰਹੇ ਹਾਂ। ਇਸ ਏਰੀਏ ਦੇ ਵਿੱਚ ਸਟਰੋਮ ਲਾਈਨ ਪਾਸ ਹੋ ਚੁੱਕੀ ਹੈ, 24 ਇੰਚ ਦਾ ਪਾਈਪ ਪੈਣਾ, ਉਹ ਪਰੋਂ ਦੀ ਲੈ ਕੇ ਅਤੇ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਹੋ ਜਾਵੇਗਾ। ਉਮੀਦ ਹੈ ਕਿ ਆਉਣ ਵਾਲੀਆਂ ਬਾਰਿਸ਼ਾਂ ਦੇ ਵਿੱਚ ਲੋਕਾਂ ਨੂੰ ਬਿਲਕੁਲ ਇਸ ਤੋਂ ਨਿਜਾਤ ਮਿਲੇਗੀ।